ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਜਿਹੜੀ ਅੱਜ ਸਾਨੂੰ ਸਾਈਕਲ ਮਿਲੀ ਹੈ, ਕਿੱਥੋਂ ਮਿਲੀ ਹੈ? ਇਹ ਮੈਨੂੰ ਭਾਅ ਜੀ ਰੈੱਡ ਕ੍ਰੋਸ ਵੱਲੋਂ ਮਿਲ ਰਹੀ ਹੈ। ਇਹ ਅਤੇ ਵਿਕਰਮ ਭਾਅ ਜੀ ਨੇ ਮੈਨੂੰ ਦਵਾਈ ਹੈ ਅਤੇ ਉਹਨਾਂ ਨੇ ਇੱਕ ਸਾਰੀ ਕਾਗਜ਼ੀ ਭੱਜ ਦੌੜ ਉਹਨਾਂ ਨੇ ਕੀਤੀ ਹੈ ਅਤੇ ਹੁਣ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ। ਪਹਿਲਾਂ ਤੁਸੀਂ ਕਿਵੇਂ ਜਾਂਦੇ ਸੀ ਸਾਡੇ ਦੱਸ? ਮੈਂ ਪਹਿਲਾਂ ਹੱਥਾਂ ਰਾਹੀਂ ਬਾਹਰ ਜਾਂਦਾ ਸੀ ਆਪਣਾ, ਅਤੇ ਹੁਣ ਮੈਂ ਮਿਲ ਗਈ, ਹੁਣ ਮੈਨੂੰ ਵਧੀਆ ਫੀਲ ਹੋ ਰਿਹਾ ਕਿ ਮੈਂ ਆਪਣੇ ਆਪ ਜਾ ਸਕਦਾ ਬਾਹਰ। ਵਿਕਰਮ ਭਾਅ ਜੀ ਬਹੁਤ ਅੱਛੇ ਨੇ, ਜਿੱਥੇ ਲੋੜ ਪੈਂਦੀ ਹੈ ਭੱਜ ਕੇ ਆਉਂਦੇ ਨੇ, ਸਾਡੀ ਮਦਦ ਕਰਦੇ ਨੇ। ਔਰ ਸਾਨੂੰ ਬਹੁਤ ਲੋੜ ਸੀ ਇਸ ਚੀਜ਼ ਦੀ, ਅਸੀਂ ਮਸ਼ੀਨ ਦੀ, ਸਿਲਾਈ ਮਸ਼ੀਨ ਦੀ ਬਹੁਤ ਜ਼ਰੂਰਤ ਸੀ, ਹੁਣ ਅਸੀਂ ਆਪਣਾ ਕੰਮ ਕਰ ਸਕਦੇ ਹਾਂ। ਅਤੇ ਅਸੀਂ ਕਹਿੰਦੇ ਬਹੁਤ ਧੰਨਵਾਦ ਭਾਅ ਜੀ ਦਾ, ਵਿਕਰਮ ਭਾਅ ਜੀ ਦਾ। ਜਿੱਥੇ ਕੋਈ ਬੁਲਾਉਂਦਾ, ਜਿੱਥੇ ਕੋਈ ਮਦਦ ਦੀ ਲੋੜ ਪੈਂਦੀ ਭੱਜ ਕੇ ਆਉਂਦੇ ਨੇ, ਔਰ ਸਭ ਦਾ ਕੰਮ ਕਰਾ ਰਹੇ ਨੇ ਪਿੰਡ ਦਾ। ਅੱਜ ਤੱਕ ਕਿਸੇ ਨੇ ਸਾਡੀ ਕੋਈ ਮਦਦ ਨਹੀਂ ਕੀਤੀ, ਭਾਅ ਜੀ ਨੇ ਸਾਡੀ ਬਹੁਤ ਮਦਦ ਕਰ ਰਹੇ ਨੇ, ਜਦੋਂ ਵੀ ਅਸੀਂ ਬੁਲਾਉਂਦੇ ਹਾਂ ਕੰਮ ਕਾਰ 'ਚ ਹਾਜ਼ਰ ਹੁੰਦੇ ਨੇ। ਮਸ਼ੀਨ ਸਾਨੂੰ ਰੈੱਡ ਕ੍ਰੋਸ, ਹਾਂਜੀ ਰੈੱਡ ਕ੍ਰੋਸ ਤੋਂ ਮਿਲੀ ਹੈ। ਮੈਂ ਕਹਿੰਦੇ ਰੈੱਡ ਕ੍ਰੋਸ ਧੰਨਵਾਦ, ਬਹੁਤ 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 ਧੰਨਵਾਦ, ਆਪਣਾ ਕੰਮ ਕਾਰ 'ਚ ਕਰਾਂਗੇ ਕਿ ਰੈੱਡ ਕ੍ਰੋਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਇਹ ਮਸ਼ੀਨ ਸਾਨੂੰ ਰੈੱਡ ਕ੍ਰੋਸ ਵੱਲੋਂ ਮਿਲੀ ਹੈ ਅਤੇ ਵਿਕਰਮ ਭਾਅ ਜੀ ਨੇ ਸਾਡਾ ਬਹੁਤ ਸਾਰਾ ਕੰਮ ਕੀਤਾ ਜੋ ਅੱਜ ਤੱਕ ਕਿਸੇ ਨੇ ਵੀ ਨਹੀਂ ਕੀਤਾ। ਇਹਨਾਂ ਨੇ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਹੈ ਅਤੇ ਅਸੀਂ ਵਿਕਰਮ ਭਾਅ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਰੈੱਡ ਕ੍ਰੋਸ ਤੋਂ ਦਵਾਈ ਵਿਕਰਮ ਭਾਅ ਜੀ ਨੇ ਦਵਾਈ ਹੈ, ਸਾਨੂੰ ਬਹੁਤ ਜ਼ਰੂਰਤ ਹੈ, ਇਸ ਕਰਕੇ ਸਾਨੂੰ ਮਸ਼ੀਨ ਵਿਕਰਮ ਭਾਅ ਜੀ ਬਹੁਤ ਸਾਡਾ ਸਾਥ ਦਿੰਦੇ, ਬਹੁਤ ਗਲੀ ਕੇ ਵਿੱਚ ਮਦਦ ਕਰਦੇ ਹਾਂ, ਬਹੁਤ ਜ਼ਿਆਦਾ ਧੰਨਵਾਦ ਵਿਕਰਮ ਭਾਅ ਜੀ। ਰੈੱਡ ਕ੍ਰੋਸ ਤੋਂ ਮਸ਼ੀਨ ਮਿਲੀ ਹੈ ਜੀ। ਹਾਂਜੀ ਰੈੱਡ ਕ੍ਰੋਸ ਤੋਂ ਮਿਲੀ ਹੈ ਜੀ। ਹਾਂਜੀ ਘਰ ਨੂੰ ਲੈ ਕੇ ਜਾ ਰਹੇ ਹਾਂ ਜੀ, ਕੰਮ ਕਰ। ਮੈਂ ਪ੍ਰੇਮ ਚੰਦ ਚੌਧਰੀ, ਸੀਨੀਅਰ ਆਗੂ ਹਰਗੋਬਿੰਦ ਕਲੋਨੀ। ਮੈਂ ਆਪਣੇ ਜਿਹੜੇ ਵੱਖ ਵੱਖ ਸਿਲਾਈ ਮਸ਼ੀਨਾਂ ਜਿਹੜੀ ਅੱਜ ਕਸਬੇ ਮੈਂ ਦਿੱਤੀ ਗਈ ਹੈ 15 ਅਗਸਤ ਕੇ ਉਪਲਕਸ਼ ਮੈਂ ਆਪਣੇ ਹੈਰੀਮਾਨ ਜੀ ਕੀ ਤਰਫ ਤੋਂ ਇਹ ਬਹੁਤ ਹੀ ਯੋਗਦਾਨ ਮਿਲਿਆ ਸਾਨੂੰ, ਆਪਣੇ ਵਿਕਰਮਵੀਰ ਜੀ ਵਰਗੇ ਐਸੇ ਬੱਚੇ ਹੋਰ ਸਾਨੂੰ ਕੱਢ ਕੇ ਦੇਣ ਮਾਨ ਸਾਹਿਬ, ਵੀ ਜਿਹੜਾ ਸਮਾਜ ਸੇਵਕ ਦਾ ਕੰਮ ਕਰ ਰਹੇ ਹਾਂ ਹਰ ਟਾਈਮ, ਕਿਸੇ ਵੇਲੇ ਘਰ ਨਹੀਂ ਟਿਕਦੇ, ਪਰ ਇੰਨਾ ਜ਼ਰੂਰਤਮੰਦ ਵੱਖ ਵੱਖ ਔਰਤਾਂ ਨੂੰ ਸਿਲਾਈਆਂ ਮਸ਼ੀਨਾਂ ਦੇ ਰੈੱਡ ਕ੍ਰਾਸ ਦੀ ਤਰਫ ਤੋਂ ਉਹਨਾਂ ਦੀ ਬੜਾ ਧੰਨਵਾਦ, ਨਾਲ ਹਰੀਮਾਨ ਜੀ ਦਾ ਤੋਂ ਵੱਧ ਧੰਨਵਾਦ ਜਿਹਨਾਂ ਦਾ ਸਿਰ 'ਤੇ ਸਾਡੇ ਹੱਥ ਹੈ, ਵੀ ਐਸੇ ਬੱਚੇ ਹੋਣ ਔਰ ਸਾਨੂੰ ਹੋਰ ਕਸਬੇ 'ਤੇ ਕੱਢ ਕਰ ਦੇਣ ਜਿਹੜਾ ਸਮਾਜ ਸੇਵਾ ਕਰ ਸਕਦੇ ਐਸੇ ਬੱਚਿਆਂ ਦੀ ਲੋੜ ਹੈ ਜਿਸ ਤਰ੍ਹਾਂ ਵਿਕਰਮਵੀਰ ਜੀ ਹੈ। ਔਰ ਮੈਂ ਤਾਂ ਇਹਨਾਂ ਨਾਲ 4-5 ਮਹੀਨੇ ਫਿਰ ਕੇ ਦੇਖਿਆ, ਇਹ ਮੈਂ ਕੁਛ ਆਪਣੇ ਬਿਆਨ ਨਹੀਂ ਕਰ ਸਕਦਾ ਵੀ ਜਿੰਨੀ ਸਮਾਜ ਸੇਵਾ ਇਹ ਕਰ ਰਹੇ ਹੈ, ਵੀ ਸ਼ਾਇਦ ਅਗਰ ਇਸ ਤਰ੍ਹਾਂ ਕੇ 5-7 ਬੰਦੇ ਸਾਨੂੰ 5-7 ਵੀ ਮਿਲ ਜਾਣ, ਇਹ ਵੀ ਬਹੁਤ ਆ ਪੈਕ ਇਲਾਕੇ ਕੀ ਇੱਕ ਮਹਰ ਬਦਲ ਕੇ ਰੱਖ ਦੇਂਗੇ, ਵੀ ਜੇ ਸਾਨੂੰ ਇਸ ਤਰ੍ਹਾਂ ਦੇ ਸਮਾਜ ਸੇਵਕ ਬੱਚੇ ਮਿਲ ਜਾਣ। ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਮੈਂ ਬਲਵਿੰਦਰ ਕੌਰ ਬਹਾਦਰਗੜ੍ਹ ਦੀ ਰਹਿਣ ਵਾਲੀ ਹਾਂ, ਮੇਰਾ ਬੇਟਾ ਹੈਂਡੀਕੈਪ ਹੈ, ਅੱਜ ਉਹਨੂੰ ਟ੍ਰਾਈਸਾਈਕਲ ਮਿਲਿਆ ਹੈ। ਮੈਂ ਰੈੱਡ ਕ੍ਰੋਸ ਦਾ ਅਤੇ ਆਪਣੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਸਭ ਤੋਂ ਜ਼ਿਆਦਾ ਹਰੀਮਾਨ ਸਾਹਿਬ ਜਿਨ੍ਹਾਂ ਨੇ ਸਹੂਲਤਾਂ ਦਿੱਤੀਆਂ ਨੇ, ਇੱਥੇ ਤੱਕ ਪਹੁੰਚੀਆਂ ਨੇ, ਅਤੇ ਸਾਡੇ ਤੱਕ ਪਹੁੰਚਾਉਣ ਵਾਲੇ ਵਿਕਰਮਜੀਤ ਨੇ ਜੋ ਸਾਡੇ ਬਹੁਤ ਮਦਦ ਕਰਦੇ ਨੇ, ਸਾਡੀਆਂ ਗੱਲਾਂ ਸੁਣ ਕੇ ਅੱਗੇ ਪਹੁੰਚਾਉਂਦੇ ਨੇ, ਅਤੇ ਸਾਨੂੰ ਅੱਗੋਂ ਕੁਛ ਸਾਡੀ ਹੈਲਪ ਹੁੰਦੀ। ਬਹੁਤ ਬਹੁਤ ਧੰਨਵਾਦ ਹਰਿੰਦਰਪਾਲ ਸਿੰਘ ਹਰੀਮਾਨ ਜੀ ਦਾ, ਜਿਨ੍ਹਾਂ ਨੇ ਸਾਨੂੰ ਇਹ ਮਾਣ ਬਖਸ਼ਿਆ ਸੀਗਾ, ਸੇਵਾ ਬਖਸ਼ੀ ਤਾਂ ਜੋ ਅਸੀਂ ਕੰਮ ਕਹਿੰਦੇ ਹਾਂ ਤਾਂ ਮਾਨ ਸਾਹਿਬ ਸਾਡੇ ਕੰਮ ਸਾਰੇ ਪੂਰ ਚਾੜ੍ਹਦੇ ਨੇ,
ਕੋਈ ਦਿੱਕਤਾਂ ਨਹੀਂ ਆਉਂਦੀਆਂ ਸਾਨੂੰ ਕੰਮਾਂ 'ਚ, ਸਾਰੇ ਕੰਮ ਕੋਈ ਵੀ ਕੰਮ ਲਈ ਜਾਈਏ ਅਸੀਂ ਸਾਡੇ ਕੰਮ ਸੁਣਵਾਈ ਸੁਣਦੇ ਨੇ। ਬਹੁਤ ਬਹੁਤ ਇਹਨਾਂ ਦਾ ਹਰੀਮਾਨ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ। ਮੈਂ ਜਸਪਾਲ ਕੌਰ, ਮੈਂ ਜਨਰਲ ਸਕੱਤਰ ਪੰਜਾਬ, ਅਤੇ ਮੈਂ ਰੈੱਡ ਕਰੋਸ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਹੜੇ ਇਹਨਾਂ ਨੇ ਮਸ਼ੀਨਾਂ ਦਿੱਤੀਆਂ ਗਰੀਬ ਔਰਤਾਂ ਨੂੰ, ਜਿਨ੍ਹਾਂ ਦੇ ਲੋੜਵੰਦ ਵਾਲਿਆਂ ਨੂੰ, ਸਾਰਿਆਂ ਨੂੰ ਘਰ ਦਾ ਬਹੁਤ ਅੱਛਾ ਉਹਨਾਂ ਦਾ ਗੁਜ਼ਾਰਾ ਕਰਨ ਵਾਸਤੇ, ਅਤੇ ਉਹਨਾਂ ਦਾ ਸਹਿਯੋਗ ਅੱਗੋਂ ਬਿਕਰਮ ਭਾਅ ਜੀ ਦਾ, ਅਤੇ ਇਹਨਾਂ ਨੇ ਬਹੁਤ ਮਦਦ ਕੀਤੀ ਕਰਕੇ ਅਤੇ ਇਹ ਮਸ਼ੀਨਾਂ ਵੰਡੀਆਂ, ਅਤੇ ਹਰੀਮਾਨ ਸਾਹਿਬ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਬਿਕਰਮ ਸਿੰਘ ਬਹਾਦਰਗੜ੍ਹ, ਬਹੁਤ ਸਾਲਾਂ ਤੋਂ ਮੈਂ ਸਮਾਜ ਸੇਵਾ ਦਾ ਕੰਮ ਕਰ ਰਿਹਾ ਆ ਰਿਹਾ। ਉਸੇ ਸਮਾਜ ਸੇਵਾ ਦੇ ਕੰਮਾਂ ਦੀ ਲੜੀ ਤਹਿਤ ਇਸ ਵਾਰ ਫਿਰ 15 ਅਗਸਤ 'ਤੇ ਮੈਂ ਵੱਖ ਵੱਖ ਲੇਡੀਜ਼ ਨੂੰ ਲੋੜਵੰਦ ਲੇਡੀਜ਼ ਨੂੰ ਸਿਲਾਈ ਮਸ਼ੀਨਾਂ ਆਪਣੇ ਯਤਨਾਂ ਸਦਕਾ ਦਵਾਈਆਂ ਨੇ। ਇਹ ਸਿਲਾਈ ਮਸ਼ੀਨਾਂ ਇਹਨਾਂ ਨੂੰ ਰੈੱਡ ਕਰੋਸ ਦਫ਼ਤਰ ਵੱਲੋਂ ਮਿਲੀਆਂ ਨੇ। ਇਹ ਜਿਹੜਾ ਪ੍ਰੋਸੈਸ ਹੈ ਕਾਫੀ ਲੰਬਾ ਪ੍ਰੋਸੈਸ ਹੈ। ਐਪਲੀਕੇਸ਼ਨ ਲਿਖਣ ਤੋਂ ਬਾਅਦ ਵੱਖ ਵੱਖ ਡਿਪਾਰਟਮੈਂਟਾਂ 'ਚ ਇਹ ਜਿਹੜੀ ਐਪਲੀਕੇਸ਼ਨ ਜਾਂਦੀ ਹੈ, ਵੱਖ ਵੱਖ ਡਿਪਾਰਟਮੈਂਟ ਇਸ ਨੂੰ ਆਪਣੀ ਮਨਜ਼ੂਰੀ ਦੇ ਕੇ ਲਾਸਟ ਰੈੱਡ ਕਰੋਸ ਭੇਜਦੇ ਨੇ, ਜਿੱਥੇ ਇਹਨਾਂ ਨੂੰ ਫਾਈਨਲ ਮਨਜ਼ੂਰੀ ਮਿਲ ਕੇ ਇਹ ਜੋ ਲੋੜਵੰਦ ਲੇਡੀਜ਼ ਨੇ ਉਹਨਾਂ ਨੂੰ ਇਹ ਸਿਲਾਈ ਮਸ਼ੀਨਾਂ ਮਿਲਦੀਆਂ ਨੇ। ਮੇਰੇ ਪਿੰਡ ਦੇ ਇੱਕ ਹੈਂਡੀਕੈਪਟ ਨੌਜਵਾਨ ਜੋ ਕਿ ਬਹੁਤ ਹੀ ਲੋੜਵੰਦ ਸੀ, ਜੋ ਕਿ ਆਪਣੇ ਹੱਥਾਂ ਨਾਲ ਵਿਚਾਲਾ ਗਲੀ ਇੱਧਰ ਉੱਧਰ ਤੁਰਦਾ ਸੀਗਾ, ਉਸਨੂੰ ਟ੍ਰਾਈਸਾਈਕਲ ਮਿਲਿਆ ਹੈ। ਟ੍ਰਾਈਸਾਈਕਲ ਮਿਲਣ ਤੋਂ ਬਾਅਦ ਉਸਨੂੰ ਬੜੀ ਸੁਵਿਧਾ ਹੋਈ ਹੈ, ਅਤੇ ਇਹ ਅਜਿਹੇ ਜਿਹੜੇ ਸਮਾਜ ਸੇਵਾ ਦੇ ਕੰਮ ਕਰਨ ਲਈ ਮੈਨੂੰ ਜਿੱਥੋਂ ਪ੍ਰੇਰਣਾ ਮਿਲਦੀ ਹੈ ਉਹ ਮੇਰੀ ਪਾਰਟੀ ਕਾਂਗਰਸ ਪਾਰਟੀ, ਮੇਰੇ ਹਲਕਾ ਇੰਚਾਰਜ ਸਰਦਾਰ ਹਰਿੰਦਰਪਾਲ ਸਿੰਘ ਜੀ ਹਰੀਮਾਨ, ਜਿਨ੍ਹਾਂ ਦਾ ਮੇਰੀ ਪਿੱਠ 'ਤੇ ਹੱਥ ਹੈ, ਅਤੇ ਉਹਨਾਂ ਦੇ ਥੋੜ੍ਹੇ ਜਿਹੇ ਸਾਡੇ ਬੇਨਤੀ ਕਰਨ 'ਤੇ ਉਹ ਹਰ ਜਗ੍ਹਾ ਸਾਨੂੰ ਸਾਡਾ ਉਪਰਾਲੇ ਦੇ ਨਾਲ ਸਾਡਾ ਇਹ ਕੰਮ ਕਰਵਾ ਦਿੰਦੇ ਨੇ, ਸਾਨੂੰ ਇਹ ਸਾਰਾ ਕੁਝ ਸਾਡਾ ਪਾਸ ਕਰਵਾ ਕੇ ਦਿੰਦੇ ਨੇ। ਇਸ ਦੇ ਨਾਲ ਨਾਲ ਮੈਂ ਜਿਹੜੇ ਮੇਰੇ ਲੋਕਲ ਲੀਡਰ ਸਾਹਿਬਾਨ ਹੈ, ਮੈਂ ਉਹਨਾਂ ਦਾ ਸਹਿਯੋਗ ਵੀ ਬਹੁਤ ਤਹਿ ਦਿਲੋਂ ਮੰਨਦਾ ਹਾਂ, ਜਿਹਦੇ ਵਿੱਚ ਸਾਡੇ ਜਸਪਾਲ ਕੌਰ ਜੀ, PCC ਸਕੱਤਰ, ਬਲਾਕ ਪ੍ਰਧਾਨ ਬੀਬੀ ਪਰਮਜੀਤ ਕੌਰ ਬੜੋ, ਮੇਰੇ ਬਹੁਤ ਹੀ ਕਲੋਜ਼ ਮਿੱਤਰ ਪ੍ਰੇਮਚੰਦ ਚੌਧਰੀ ਜੋ ਕਿ ਹਰਗੋਬਿੰਦ ਕਲੋਨੀ ਦੇ ਸਰਪੰਚ ਦੇ ਉਮੀਦਵਾਰ ਨੇ, ਅਤੇ ਇਸੇ ਤਰ੍ਹਾਂ ਹੀ ਇਸ ਲੜੀ ਵਿੱਚ ਜੁੜਦੇ ਹੋਏ ਮੇਰੇ ਬਹੁਤ ਸਾਰੇ ਸਮਕਾਲੀਨ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨ ਅਤੇ ਬਲੋਕ ਦੇ ਅਹੁਦੇਦਾਰ ਸਾਹਿਬਾਨ, ਵਕਤ ਦਰਜਾ ਬਦਰਜਾ ਅਹੁਦੇਦਾਰ ਸਾਹਿਬਾਨ, ਖਾਸ ਕਰਕੇ ਮੈਂ ਹਰੀਮਾਨ ਜੀ ਦਾ ਤਹਿ ਦਿਲੋਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਦੇ ਯਤਨਾਂ ਸਦਕਾ ਸਾਨੂੰ ਇੰਨੀ ਊਰਜਾ ਮਿਲਦੀ ਹੈ ਤਾਂ ਕਿ ਅਸੀਂ ਵੱਧ ਤੋਂ ਵੱਧ ਵਧ ਕੇ ਸਮਾਜ ਸੇਵਾ ਦੇ ਕੰਮ ਕਰੀਏ। ਇਹਦੇ ਨਾਲ ਨਾਲ ਮੈਂ ਬਹੁਤ ਹੀ ਤਹਿ ਦਿਲੋਂ ਰੈੱਡ ਕਰੋਸ ਦਫ਼ਤਰ ਦਾ ਅਤੇ ਪੂਰੇ ਪ੍ਰਸ਼ਾਸਨ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਸਤਿ ਸ਼੍ਰੀ ਅਕਾਲ।